ਨਿਊਜ਼ 18 ਪੰਜਾਬ ਤੇ SSP ਹੁਸ਼ਿਆਰਪੁਰ ਸੁਰਿੰਦਰ ਲਾਂਬਾ ਜੀ ਜੁੜੇ ਨੇ। ਲਾਂਬਾ ਸਾਹਿਬ, ਜਿਹੜਾ ਹੁਣੇ ਹੁਣੇ ਐਨਕਾਊਂਟਰ ਹੋਇਆ ਉਸ ਬਾਰੇ ਡਿਟੇਲ ਸ਼ੇਅਰ ਕਰੋ ਪਲੀਜ਼। ਜੀ, ਤੁਹਾਨੂੰ ਪਤਾ ਹੋਣਾ ਕਿ ਕੱਲ ਇੱਕ ਇੰਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਹੁਸ਼ਿਆਰਪੁਰ ਪੁਲਿਸ ਦੀ CIA ਟੀਮ ਇੱਕ ਕ੍ਰਿਮੀਨਲ ਨੂੰ ਐਪਰੀਹੈਂਡ ਕਰਨ ਗਈ ਸੀਗੀ ਤੇ ਉਹਦੇ ਵਿੱਚ ਉਹ ਕ੍ਰਿਮੀਨਲ ਵੱਲੋਂ ਪੁਲਿਸ ਤੇ ਫਾਇਰ ਕੀਤਾ ਗਿਆ ਤੇ ਸਾਡਾ ਇੱਕ ਮੁਲਾਜ਼ਮ ਡਿਊਟੀ ਦੌਰਾਨ ਸ਼ਹੀਦ ਹੋਇਆ ਸੀਗਾ ਤੇ ਉਸੀ ਲੜੀ ਦੇ ਵਿੱਚ ਜਿਹੜਾ ਹੈਗਾ ਜਿਹੜਾ ਕ੍ਰਿਮੀਨਲ ਸੁਖਿੰਦਰ ਰਾਣਾ ਹੈਗਾ ਇਹਦੀ ਬਹਾਲ ਤੇ ਸਾਡੀ ਟੀਮ ਕੱਲ ਤੋਂ ਲੱਗੀ ਨਹੀਂ ਸੀਗੀ ਤੇ ਫਾਈਨਲੀ ਜਦੋਂ ਇਹਨੂੰ ਲੋਕੇਟ ਕੀਤਾ ਗਿਆ ਤੇ ਇਹਨੇ ਫੇਰ ਜਿਹੜਾ ਹੈਗਾ ਸਾਡੀ ਟੀਮ ਤੇ ਫਾਇਰ ਕੀਤਾ ਜਦੋਂ ਇਹਨੂੰ ਐਪਰੀਹੈਂਡ ਕਰਨ ਦੇ ਵਾਸਤੇ ਵਾਰਨਿੰਗ ਵੀ ਦਿੱਤੀ ਗਈ। ਇਨਫੈਕਟ ਐਕਸਚੇਂਜ ਆਫ ਫਾਇਰ ਤੇ ਜਿਹੜਾ ਹੈਗਾ ਆਹ ਜਿਹੜਾ ਡੈਡ ਕ੍ਰਿਮੀਨਲ ਸੀਗਾ ਤੇ ਦੈਨ ਹੀ ਡਾਈਡ ਔਨ ਦੀ ਸਪੋਟ। ਅੱਛਾ ਸਰ, ਤੁਹਾਨੂੰ ਕੋਈ ਪਹਿਲਾਂ ਇਨਪੁਟ ਮਿਲੀ ਸੀਗੀ ਵੀ ਉਹ ਕਿਸੇ ਸਪੈਸਿਫਿਕ ਲੋਕੇਸ਼ਨ ਤੇ ਛੁਪਿਆ ਹੋਇਆ ਜਾਂ ਜਾ ਰਿਹਾ, ਤੁਹਾਨੂੰ ਕਿਵੇਂ ਪਤਾ ਚੱਲਿਆ ਸੀ ਉਸ ਬਾਰੇ? ਹਾਂਜੀ, ਅਸੀਂ ਤਾਂ 2 ਦਿਨ ਤੋਂ ਇਹਦੇ ਪਿੱਛੇ ਹੀ ਲੱਗੇ ਹੋਏ ਹੈਗੇ ਜਦੋਂ ਤੋਂ ਇੰਸੀਡੈਂਟ ਹੋਇਆ ਹੈਗਾ ਤੇ ਵੀ ਵਰ ਸਰਚਿੰਗ ਐਟ ਮਲਟੀਪਲ ਲੋਕੇਸ਼ਨ ਤੇ ਯੈਸ ਵੀ ਹੈਡ ਲੀਡਸ, ਮਲਟੀਪਲ ਲੀਡਸ ਤੇ ਉਹਨਾਂ ਦੇ ਆਧਾਰ ਤੇ ਜਿਹੜਾ ਹੈਗਾ ਹੀ ਵਾਜ਼ ਆਲਮੋਸਟ ਕੋਡਨ ਇਨ ਅ ਪਾਰਟੀਕੂਲਰ ਏਰੀਆ ਐਂਡ ਦੈਨ ਦਿਸ ਇੰਸੀਡੈਂਟ ਟੂਕ ਪਲੇਸ। ਅੱਛਾ ਸਰ, ਜਿਹੜੀ ਅੱਜ ਕ੍ਰੋਸ ਫਾਇਰਿੰਗ ਵਗੈਰਾ ਹੋਈ ਹੈ ਉਸ ਵਿੱਚ ਕਿਸੇ ਪੁਲਿਸ ਮੁਲਾਜ਼ਮ ਨੂੰ ਵੀ ਕੋਈ ਇੰਜਰੀ ਵਗੈਰਾ ਹੋਈ ਹੈ? ਨਹੀਂ ਜੀ, ਕਿਸੇ ਪੁਲਿਸ ਮੁਲਾਜ਼ਮ ਨੂੰ ਇੰਜਰੀ ਨਹੀਂ ਹੋਈ ਹੈਗੀ ਤੇ ਇੱਕ ਬਾਰ ਚਲੋ ਠੀਕ ਹੈ ਕੱਲ ਜਿਹੜਾ ਇੰਸੀਡੈਂਟ ਹੋਇਆ ਹੈਗਾ ਬਟ ਅਗੇਨ ਐਂਡ ਅਗੇਨ ਮਤਲਬ ਸਾਡੀ ਟੀਮਸ ਆਰ ਵੈਰੀ ਅਵੇਅਰ ਐਂਡ ਦੇ ਆਰ ਅਲਰਟ। ਸੋ ਜਿਹੜਾ ਹੈਗਾ ਜਦੋਂ ਇਹਨੇ ਐਕਸਚੇਂਜ ਆਫ ਫਾਇਰ ਓਪਨ ਕੀਤਾ ਹੁਸ਼ਿਆਰਪੁਰ ਪੁਲਿਸ ਦੀ CIA ਟੀਮ ਇੱਕ ਕ੍ਰਿਮੀਨਲ ਨੂੰ ਐਪਰੀਹੈਂਡ ਕਰਨ ਗਈ ਸੀਗੀ ਤੇ ਉਹਦੇ ਵਿੱਚ ਉਹ ਕ੍ਰਿਮੀਨਲ ਵੱਲੋਂ ਪੁਲਿਸ ਤੇ ਫਾਇਰ ਕੀਤਾ ਗਿਆ ਤੇ ਸਾਡਾ ਇੱਕ ਮੁਲਾਜ਼ਮ ਡਿਊਟੀ ਦੌਰਾਨ ਸ਼ਹੀਦ ਹੋਇਆ ਸੀਗਾ ਤੇ ਉਸੀ ਲੜੀ ਦੇ ਵਿੱਚ ਜਿਹੜਾ ਹੈਗਾ ਜਿਹੜਾ ਕ੍ਰਿਮੀਨਲ ਸੁਖਿੰਦਰ ਰਾਣਾ ਹੈਗਾ ਇਹਦੀ ਬਹਾਲ ਤੇ ਸਾਡੀ ਟੀਮ ਕੱਲ੍ਹ ਤੋਂ ਲੱਗੀ ਨਹੀਂ ਸੀਗੀ ਤੇ ਫਾਈਨਲੀ ਜਦੋਂ ਇਹਨੂੰ ਲੋਕੇਟ ਕੀਤਾ ਗਿਆ ਤੇ ਇਹਨੇ ਫੇਰ ਜਿਹੜਾ ਹੈਗਾ ਸਾਡੀ ਟੀਮ ਤੇ ਫਾਇਰ ਕੀਤਾ ਜਦੋਂ ਇਹਨੂੰ ਐਪਰੀਹੈਂਡ ਕਰਨ ਦੇ ਵਾਸਤੇ ਵਾਰਨਿੰਗ ਵੀ ਦਿੱਤੀ ਗਈ। ਇਨਫੈਕਟ ਐਕਸਚੇਂਜ ਆਫ ਫਾਇਰ ਤੇ ਜਿਹੜਾ ਹੈਗਾ ਆਹ ਜਿਹੜਾ ਡੈਡ ਕ੍ਰਿਮੀਨਲ ਸੀਗਾ ਤੇ ਦੈਨ ਹੀ ਡਾਈਡ ਔਨ ਦੀ ਸਪੋਟ। ਅੱਛਾ ਸਰ, ਤੁਹਾਨੂੰ ਕੋਈ ਪਹਿਲਾਂ ਇਨਪੁਟ ਮਿਲੀ ਸੀਗੀ ਵੀ ਉਹ ਕਿਸੇ ਸਪੈਸਿਫਿਕ ਲੋਕੇਸ਼ਨ ਤੇ ਛੁਪਿਆ ਹੋਇਆ ਜਾਂ ਜਾ ਰਿਹਾ, ਤੁਹਾਨੂੰ ਕਿਵੇਂ ਪਤਾ ਚੱਲਿਆ ਸੀ ਉਸ ਬਾਰੇ? ਹਾਂਜੀ, ਅਸੀਂ ਤਾਂ 2 ਦਿਨ ਤੋਂ ਇਹਦੇ ਪਿੱਛੇ ਲੱਗੇ ਹੋਏ ਹੈਗੇ ਜਦੋਂ ਤੋਂ ਇੰਸੀਡੈਂਟ ਹੋਇਆ ਹੈਗਾ ਤੇ ਵੀ ਵਰ ਸਰਚਿੰਗ ਐਟ ਮਲਟੀਪਲ ਲੋਕੇਸ਼ਨ ਤੇ ਯੈਸ ਵੀ ਹੈਡ ਲੀਡਸ, ਮਲਟੀਪਲ ਲੀਡਸ ਤੇ ਉਹਨਾਂ ਦੇ ਆਧਾਰ ਤੇ ਜਿਹੜਾ ਹੈਗਾ ਹੀ ਵਾਜ਼ ਆਲਮੋਸਟ ਕੋਡਨ ਇਨ ਅ ਪਾਰਟੀਕੂਲਰ ਏਰੀਆ ਐਂਡ ਦੈਨ ਦਿਸ ਇੰਸੀਡੈਂਟ ਟੂਕ ਪਲੇਸ। ਅੱਛਾ ਸਰ, ਜਿਹੜੀ ਅੱਜ ਕ੍ਰੋਸ ਫਾਇਰਿੰਗ ਵਗੈਰਾ ਹੋਈ ਹੈ ਉਸ ਵਿੱਚ ਕਿਸੇ ਪੁਲਿਸ ਮੁਲਾਜ਼ਮ ਨੂੰ ਵੀ ਕੋਈ ਇੰਜਰੀ ਵਗੈਰਾ ਹੋਈ ਹੈ? ਨਹੀਂ ਜੀ, ਕਿਸੇ ਪੁਲਿਸ ਮੁਲਾਜ਼ਮ ਨੂੰ ਇੰਜਰੀ ਨਹੀਂ ਹੋਈ ਹੈਗੀ ਤੇ ਇੱਕ ਬਾਰ ਚਲੋ ਠੀਕ ਹੈ ਕੱਲ ਜਿਹੜਾ ਇੰਸੀਡੈਂਟ ਹੋਇਆ ਹੈਗਾ ਬਟ ਅਗੇਨ ਐਂਡ ਅਗੇਨ ਮਤਲਬ ਸਾਡੀ ਟੀਮਸ ਆਰ ਵੈਰੀ ਅਵੇਅਰ ਐਂਡ ਦੇ ਆਰ ਅਲਰਟ। ਸੋ ਜਿਹੜਾ ਹੈਗਾ ਜਦੋਂ ਇਹਨੇ ਐਕਸਚੇਂਜ ਆਫ ਫਾਇਰ ਓਪਨ ਕੀਤਾ ਤੇ ਸਾਡੀ ਟੀਮ ਨੇ ਰਿਟੇਲੀਏਟ ਕੀਤਾ ਐਂਡ ਦੈਨ ਹੀ ਡਾਈਡ।